ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10-15 ਦਿਨ ਤੋਂ ਸੰਸਾਰ ਪਰਦੇਸਿਕ ਬੜੀ ਚਿੰਤਾ ਵਿੱਚ ਹਨ ਕਿ 28 ਦਸੰਬਰ ਨੂੰ ਛੋਟੇ ਸਬਜਾਦਿਆਂ ਦਾ ਸ਼ਿਦੀਪੁਰ ਮਨਾਣਗੇ ਨਗਰ ਕੀਰਤਨ ਕੱਢਣਗੇ ਫਿਰ ਅਗਲੇ ਦਿਨ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਣਗੇ ਉਹ ਨਗਰ ਕੀਰਤਨ ਵਿੱਚ ਕੱਢਣ ਦੀ ਵਿੱਚ ਜਗ੍ਹਾ ਨਹੀਂ ਪੱਚੀ ਵੀ ਕਿਸ ਦਿਨ ਉਹ ਨਗਰ ਕੀਰਤਨ ਕੱਢਾਂਗੇ ਮੈਨੂੰ ਬਹੁਤ ਸਾਰੇ ਟੈਲੀਫੋਨ ਦੇਖਿਦਿਖ ਤੋਂ ਆਏ ਕਿ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਕਿ ਇਦੇ ਬਾਰੇ ਛੇਤੀ ਫੈਸਲਾ ਹੋ ਸਪਸ਼ਟ ਫੈਸਲਾ ਲਵਣ ਜਿਹੜੀਆਂ ਇਹ ਗੱਲ ਮੇਰੇ ਟੈਲੀਫੋਨ ਦੇ ਉੱਤੇ ਵੀ ਸਿੰਘ ਸਾਹਿਬ ਨਾਲ ਹੋਈ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਤੋਂ ਕੁਝ ਅਰਸੇ ਪਹਿਲਾਂ ਇਸੇ ਤਰ੍ਹਾਂ ਦੇ ਗੁਰਨਾਰਕ ਸਾਹਿਬ ਦਾ ਪ੍ਰਕਾਸ਼ ਉਤਸਵ ਤੇ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਇਕੱਠੇ ਆ ਗਏ ਸਨ ਉਸ ਵਕਤ ਗਾਨੀ ਗੁਰੂ ਪਚਨ ਸਿੰਘ ਜੀ ਨੇ ਫੈਸਲਾ ਲਿਆ ਸੀ ਜਿਹੜੇ ਉਸਕਦਰ ਚਤੇਦਾਰ ਸਨ ਤੇ ਤਰੀਕ ਜਿਹੜੀਆਂ ਸਾਨੂੰ ਬਦਲਦੀਆਂ ਗਈਆਂ ਸਨ ਗੁਰਤੇਗ ਬਹਾਦਰ ਸਾਹਿਬ ਦਾ ਸਿੱਧੀਪੁਰ ਬਾਚੋ ਲੈ ਗਏ ਸਨ ਮੈਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਸਮੁੱਚੇ ਮੈਨੂੰ ਇਹ ਵੀ ਪਤਾ ਲੱਗਿਆ ਕਿ 26 ਤਰੀਕ ਨੂੰ ਉਪਨ ਸਿੰਘ ਸਾਹਿਬਾਂ ਦੀ ਮੀਟਿੰਗ ਹੋ ਰਹੀ ਹੈ ਕਾਲ ਤੋਂ ਹਫ਼ਤੇ ਇਸ ਬਾਰੇ ਫੈਸਲਾ ਕਰਨ ਦੇ ਬਾਰੇ ਜਿਹੜੇ ਮੇਰੇ ਕੋਲ ਸਾਰੀਆਂ ਤਰੀਕਾਂ ਆਈਆਂ ਹੋਈਆਂ ਹਨ ਇਸ ਸਾਲ ਤਾਂ ਹੁਣ ਗੁਰਪੁਰਬ ਦਸਮ ਪਾਤਸ਼ਾਹ ਦਾ ਮਨਾਇਆ ਜਾ ਰਿਹਾ ਹੈ ਤੇ ਸੰ 2023 'ਚ ਨਹੀਂ ਮਨਾਇਆ ਜਾ ਰਿਹਾ। ਪੰਜ ਵਿੱਚ ਦੁਬਾਰਾ ਇਹ ਤਕਲੀਫ ਆਣੀ ਹੈ। ਫਿਰ 27-28 ਦੁਬਾਰਾ ਇਹ ਤਕਲੀਫ ਆਣੀ ਹੈ। ਇਸ ਗੱਲ ਤੋਂ ਬਚਣ ਦੇ ਲਈ ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਪਹਿਲੇ 5 ਜਨਵਰੀ ਨੂੰ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਫਿਕਸ ਕੀਤਾ ਗਿਆ ਸੀ ਉਸੇ ਤਰ੍ਹਾਂ 5 ਜਨਵਰੀ ਨੂੰ ਜਾਂ ਜਿਹੜੀ ਤਰੀਕ ਹੋਰ ਰਾਂ ਚਾਂਦਨ ਬਿਸ਼ੱਕ ਰੱਖ ਲੈਣ ਸਾਨੂੰ ਉਦੇ ਨਾਲ ਨਹੀਂ ਹੈ। ਉਤਰੀਕ ਦਸਮ ਪਾਸ਼ਾ ਦੇ ਪ੍ਰਕਾਸ਼ ਹੋ ਸਰਦਕਰ ਲੈਂਡ ਕੌਮ ਦੀ ਜਿਹੜੀ ਚਿੰਤਾ ਦਿਨ ਮਤਨ ਵਧਰੀ ਹੈ ਉਸ ਤੋਂ ਛੁਟਕਾਰਾ ਦਿਵਾ ਜਾਵੇ ਮਹਿਸ਼ੂਨੀ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਮੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਕੱਲ ਜੱਟੇ ਦੀ ਮੀਟਿੰਗ ਹੋਈ ਸੀ ਉਸੇ ਅੱਛੀ ਮਤਾ ਪਾਸ ਕਰਕੇ ਸਿੰਘ ਸਾਹਿਬ ਨੂੰ ਬੇਨਤੀ ਕਰ ਦਿੰਦੇ ਤੇ ਸਿੰਘ ਸਾਹਿਬ ਆਪਣੇ ਆਪ ਵਿੱਚ ਸਖਸ਼ੀਤਾਨ ਉਹ ਕਲਿਆਣੀ ਫੈਸਲੇ ਇਹ ਜੋ ਫੈਸਲੇ ਲੈ ਸਕਦੇ ਹਨ ਔਰ ਅਸੀਂ ਚਾਹਦੇ ਹਾਂ ਕਿ ਸਿੰਘ ਸਾਹਿਬ ਇਹ ਫੈਸਲੇ ਲੈਣ ਜਿਹਦੇ ਵਿੱਚੋਂ ਕੌਮ ਦੇ ਵਿੱਚ ਦੁਬਾਰਾ ਖਤਮ ਹੁੰਦੀ ਹੋਵੇ ਸਿੱਖ ਗੁਰੂ ਨਾਲ ਜੁੜੇ ਹੋਰ ਗੁਰਪੁਰਬ ਮਨਾਉਣ ਦੇ ਲਈ ਜਿਹੜੀਆਂ ਉਹ ਤੇਰੀਆਂ ਕਰਦੇ ਉਹਨਾਂ ਤੇਰੀਆਂ ਜੁਟੇ ਰਹਿਣ ਅੰਤ ਵਿੱਚ ਮੈਂ ਜਿਆਦਾ ਨਾ ਕਹਿੰਦਾ ਆ ਮੈਨੂੰ ਦੇਸ਼ ਤੇਜ ਤੋਂ ਬਹੁਤ ਸਾਰੇ ਚਿੱਠੀਆਂ ਆਈਆਂ ਟੈਲੀਫੋਨ ਆਈਆਂ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਨੂੰ ਕਿ 26 ਤਰੀਕ ਤੱਕ ਉਹ ਫੈਸਲਾ ਹਰ ਰਚ ਲੈਣ ਔਰ ਤਰੀਕ ਮੈਂ ਫਿਰ ਕਹਾਂਗਾ ਕਿ ਜਨਵਰੀ ਦੇ ਪਹਿਲੇ ਹਫਤੇ ਦੀ ਜਿਹੜੀ ਮਰਜੀ ਤਰੀਕ ਜਿਹੜੀ ਉਹ ਮੁਕਤ ਉਹ ਫਿਕਸ ਕਰ ਦੇਣ ਔਰ ਇਹਨਾਂ ਨਾਮ ਤੇ ਧੰਨਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ